ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਜੀ ਕਿ ਨੀਤ ਮਾੜੀ ਜਿਹੜੀ ਆ ਨਾ ਉਹ ਬੰਦੇ ਨੂੰ ਲੈ ਬਹਿੰਦੀ ਹੈ। ਉਹ ਇਦਾਂ ਹੀ ਜਿੱਦਾਂ ਨਾ ਇੱਕ ਖੋਤਾ ਸੀਗਾ ਮਾਲਕ ਨੇ ਰੱਖਿਆ, ਤੇ ਉਹਨੇ ਨਾ ਉਹਦੇ ਉੱਤੇ ਰੋਜ਼ਾਨਾ ਲੂਣ ਲੱਦ ਦੇਣਾ, ਤੇ ਉਹ ਖੋਤੇ ਨੇ ਨਾ ਲੂਣ ਲੈ ਕੇ ਤੇ ਉਹ ਦਰਿਆ ਥਾਣੀ ਲੰਘ ਜਾਣਾ, ਵੜ ਜਾਣਾ ਵਿੱਚ, ਤੇ ਉਹ ਲੂਣ ਖੁਰ ਜਾਣਾ, ਉਹਨੇ ਹਲਕਾ ਹੋ ਜਾਣਾ। ਉਹ ਇਦਾਂ ਹੀ 5-7 ਦਿਨ ਜਦੋਂ ਮਾਲਕ ਨੇ ਦੇਖਿਆ ਨਾ, ਉਹਨੇ ਇੱਕ ਦਿਨ ਨਾ ਵਾਹਵਾ ਰੂੰ ਨਾਲ ਲੱਦ ਦਿੱਤਾ, ਤੇ ਜਦੋਂ ਵਿੱਚ ਗਿਆ ਨਾ ਤੇ ਉਹ ਰੂੰ ਭਿੱਜ ਗਿਆ ਤੇ ਖੋਤੇ ਹੁਣੀ ਥੱਲੇ ਕੜਮ ਹੋ ਗਏ। ਤੇ ਉਹ ਏਦਾਂ ਦੀ ਸੂਰਤ ਹਾਲ, ਇੱਕ ਮੁੰਡਾ ਸਾਡਾ ਦੋਸਤ ਆ ਉਹਦੀ ਆ, ਉਹਦੀ ਵੀ ਏਦਾਂ ਦੀ ਮਾੜੀ ਹੋਈ ਆ। ਕੋਈ ਕੰਮ ਜਾਂ ਕਿਸੇ ਕੰਮ ਨੂੰ ਵੀ ਘਲਾ ਦਿਓ ਤੇ ਇੰਨੀ ਮੱਠੀ ਰਫਤਾਰ ਆ ਉਹਦੀ, ਜਿਹੜੀ ਹੱਦ ਕੋਈ ਨਹੀਂ। ਤੇ ਉਹ ਬੰਦੇ ਮੈਨੂੰ ਪੁੱਛ ਰਹੇ ਸੀ, ਕਹਿੰਦੇ ਇਹਦੀ ਰਫਤਾਰ ਕਿੱਦਾਂ ਠੀਕ ਹੋਊ। ਮੈਂ ਕਿਹਾ ਭਾਈ ਇਹਨੂੰ ਕਾਲੀਆਂ ਮਿਰਚਾਂ ਦਾ ਕਾੜਾ ਦਿਓ।